ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੋਸਤੋ, ਮੈਂ ਪਰਮਿੰਦਰਜੀਤ ਸਿੰਘ। ਜਦੋਂ ਸਾਡੇ ਕੁੰਡਲੀਨੀ ਚੱਕਰ ਐਕਟਿਵ ਹੁੰਦੇ ਹਨ ਜਾਂ ਠੀਕ ਹੋ ਜਾਂਦੇ ਹਨ ਤਾਂ ਉਦੋਂ ਸਾਡੇ ਵਿੱਚ ਕੀ ਬਦਲਾਅ ਆਉਂਦੇ ਹਨ। ਦੋਸਤੋ, ਅੱਜ ਦੇ ਸਮੇਂ ਦੇ ਵਿੱਚ ਹਰ ਇਨਸਾਨ ਕਿਸੇ ਨਾ ਕਿਸੇ ਚਿੰਤਾ ਦੇ ਨਾਲ ਘਿਰਿਆ ਹੋਇਆ ਹੈ, ਕਿਸੇ ਨਾ ਕਿਸੇ ਬਿਮਾਰੀ ਦੇ ਨਾਲ ਘਿਰਿਆ ਹੋਇਆ ਹੈ। ਉਸਦਾ ਮੁੱਖ ਕਾਰਨ ਕੀ ਹੈ? ਸਾਡਾ ਜਿਹੜਾ ਅਵਚੇਤਨ ਮਨ ਆ, ਉਸ ਦੇ ਵਿੱਚ ਬਹੁਤ ਜ਼ਿਆਦਾ ਨੈਗੇਟਿਵਿਟੀ ਭਰ ਚੁੱਕੀ ਹੈ। ਸਾਡੇ ਜੋ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਜ਼ਹਿਰ ਭਰ ਚੁੱਕਿਆ ਹੈ, ਮਨ ਦੇ ਵਿੱਚ ਵੀ ਬਹੁਤ ਜ਼ਿਆਦਾ ਨਕਾਰਾਤਮਕ ਵਿਚਾਰ, ਨਕਾਰਾਤਮਕ ਗੱਲਾਂ ਭਰ ਚੁੱਕੀਆਂ ਹਨ, ਜਿਸ ਦੀ ਵਜ੍ਹਾ ਕਰਕੇ ਅਸੀਂ ਨਿੱਤ ਦਿਨ ਚਿੰਤਾ ਦੇ ਮਰੀਜ਼ ਹੁੰਦੇ ਜਾ ਰਹੇ ਹਾਂ, ਬਿਮਾਰੀਆਂ ਸਾਨੂੰ ਘੇਰਦੀਆਂ ਜਾ ਰਹੀਆਂ ਹਨ। ਅਸੀਂ ਪਿਛਲੇ ਦਿਨ ਵੀਡੀਓ ਕੀਤੀ ਸੀ ਕੁੰਡਲੀਨੀ ਚੱਕਰ ਐਕਟਿਵ ਕਿਵੇਂ ਕਰੀਏ, ਉਹਦੀਆਂ ਵਿਧੀਆਂ ਦੱਸੀਆਂ ਸੀਗੀਆਂ। ਸੋ ਜਦੋਂ ਤੁਹਾਡਾ ਕੁੰਡਲੀਨੀ ਚੱਕਰ ਐਕਟਿਵ ਹੁੰਦਾ ਹੈ ਜਾਂ ਤੁਹਾਡੇ ਚੱਕਰ ਰਿਪੇਅਰ ਹੋ ਜਾਂਦੇ ਆ, ਠੀਕ ਹੋ ਜਾਂਦੇ, ਰੀਐਕਟਿਵ ਹੋ ਜਾਂਦੇ ਹਨ, ਉਦੋਂ ਤੁਹਾਡੇ ਵਿੱਚ ਕੀ ਬਦਲਾਅ ਆਉਂਦੇ ਹਨ? ਦੋਸਤੋ, ਅਸੀਂ ਨਿੱਜੀ ਤਜਰਬਿਆਂ ਦੇ ਆਧਾਰ 'ਤੇ ਤੁਹਾਡੇ ਨਾਲ ਇਹ ਅੱਜ ਦਾ ਜੋ ਵਿਸ਼ਾ ਸਾਂਝਾ ਕਰਨ ਲੱਗੇ ਹਾਂ। ਦੋਸਤੋ, ਜਦੋਂ ਤੁਹਾਡੇ ਚੱਕਰ ਸਹੀ ਹੋਣੇ ਸ਼ੁਰੂ ਹੋ ਜਾਣਗੇ ਤਾਂ ਉਸ ਦੇ ਨਾਲ ਤੁਹਾਡੇ ਜਿਹੜੇ ਸਰੀਰ ਦੇ ਜੋ ਅੰਗ ਹਨ ਉਹਨਾਂ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਜਾਏਗਾ, ਤੁਹਾਡੀ ਬਾਡੀ ਲੈਂਗੁਏਜ ਬਦਲਣੀ ਸ਼ੁਰੂ ਹੋ ਜਾਏਗੀ, ਅਤੇ ਜਿਸ ਬਿਮਾਰੀ ਦੀ ਤੁਸੀਂ ਬੜੇ ਲੰਮੇ ਸਮੇਂ ਤੋਂ ਕੋਈ ਦਵਾਈ ਖਾ ਰਹੇ ਹੋ, ਜਿਸ ਦਾ ਡਾਕਟਰ ਕਹਿੰਦਾ ਵੀ ਇਲਾਜ ਹੀ ਹੈ ਨਹੀਂ ਗਾ, ਉਹ ਬਿਮਾਰੀ ਤੁਹਾਡੀ ਸਹੀ ਆਪਣੇ ਆਪ ਹੋ ਜਾਏਗੀ, ਤੁਹਾਨੂੰ ਪਤਾ ਤੱਕ ਨਹੀਂ ਲੱਗੇਗਾ। ਕਦੋਂ ਤੁਹਾਡੀ ਬਿਮਾਰੀ ਉਹ ਸਹੀ ਹੋ ਗਈ? ਜਦੋਂ ਤੁਹਾਡੇ ਕੁੰਡਲੀਨੀ ਚੱਕਰ ਐਕਟਿਵ ਹੋ ਗਏ। ਤੁਹਾਡਾ ਜਿਹੜਾ ਆਭਾ ਮੰਡਲ ਆ, ਜਿਹਨੂੰ ਅਸੀਂ ਔਰਾ ਬੋਲਦੇ ਹਾਂ, ਉਹ ਪੋਜ਼ਿਟਿਵ ਹੁੰਦਾ ਜਾਏਗਾ, ਤੁਹਾਡੇ ਚਿਹਰੇ 'ਤੇ ਇੱਕ ਨਿਖਾਰ ਆਉਣਾ ਸ਼ੁਰੂ ਹੋ ਜਾਏਗਾ, ਤੁਹਾਡੇ ਉੱਠਣ ਬੈਠਣ ਬੋਲਣ ਚਾਲਣ ਦੇ ਤਰੀਕੇ ਦੇ ਵਿੱਚ ਫਰਕ ਆ ਜਾਏਗਾ। ਤੁਹਾਨੂੰ ਖੁਦ ਵੀ ਨਹੀਂ ਪਤਾ ਲੱਗਣਾ ਤੁਸੀਂ ਕਿਵੇਂ ਸਮਾਜ ਦੇ ਵਿੱਚ ਵਿਚਰਨ ਲੱਗ ਗਏ, ਤੁਹਾਡੇ ਬੋਲਣ ਚਾਲਣ ਦਾ ਤਰੀਕਾ ਕਿਵੇਂ ਬਦਲ ਗਿਆ, ਤੁਹਾਡੇ 'ਚ ਇੱਕ ਗਿਆਨ ਦੀ ਕਿਰਨ ਖਿੜਨੀ ਸ਼ੁਰੂ ਹੋ ਜੂ, ਜਾਗਣੀ ਸ਼ੁਰੂ ਹੋ ਜੂਗੀ। ਤੁਹਾਡੇ ਵਿੱਚ ਇੱਕ ਬਦਲਾਅ ਹੋਰ ਆਏਗਾ, ਤੁਹਾਡੀ ਮਾਨਸਿਕ ਚੇਤਨਾ ਇੰਨੀ ਕੁ ਪੋਜ਼ਿਟਿਵ ਹੋ ਜਾਏਗੀ, ਤੁਹਾਡੇ ਉੱਤੇ ਕੋਈ ਵੀ ਨੈਗੇਟਿਵ ਵਿਚਾਰ ਅਸਰ ਨਹੀਂ ਕਰੇਗਾ। ਜਿੰਨੇ ਮਰਜ਼ੀ ਨੈਗੇਟਿਵ ਹਾਲਾਤ ਹੋਣ, ਤੁਹਾਡਾ ਜਿਹੜਾ ਮਾਇੰਡ ਹੈ, ਤੁਹਾਡਾ ਸਬਕੌਨਸ਼ੀਅਸ ਮਾਇੰਡ ਐਂਡ ਕੌਨਸ਼ੀਅਸ ਮਾਇੰਡ ਇਹ ਖਿੜੇ ਰਹਿਣਗੇ, ਖੁਸ਼ ਰਹਿਣਗੇ, ਚਾਹ ਕੇ ਵੀ ਤੁਹਾਨੂੰ ਕੋਈ ਨੈਗੇਟਿਵ ਨਹੀਂ ਕਰ ਸਕਦਾ। ਤੁਹਾਡੀ ਜ਼ਿੰਦਗੀ 'ਚ ਆਟੋਮੈਟਿਕਲੀ ਉਹ ਲੋਕ ਪਾਸੇ ਹੋ ਜਾਣਗੇ ਜਿਨ੍ਹਾਂ ਦੀ ਵਜ੍ਹਾ ਕਰਕੇ ਤੁਹਾਡੀ ਜ਼ਿੰਦਗੀ 'ਚ ਪਹਿਲਾਂ ਕਦੇ ਕੋਈ ਪ੍ਰੋਬਲਮਸ ਆਈਆਂ ਸਨ ਜਾਂ ਭਵਿੱਖ ਦੇ ਵਿੱਚ ਫਿਊਚਰ ਦੇ ਵਿੱਚ ਪ੍ਰੋਬਲਮਸ ਆ ਸਕਦੀਆਂ ਹਨ, ਕਿਉਂਕਿ ਕੁੰਡਲੀਨੀ ਜਿਹੜੀ ਹੈਗੀ ਹੈ ਇਹ ਬ੍ਰਹਿਮੰਡ ਦੇ ਨਾਲ ਜੁੜੀ ਹੋਈ ਹੈ। ਇਸ ਦੇ ਚੱਕਰ ਆ, ਇਹ ਬ੍ਰਹਿਮੰਡ ਦਾ ਹਿੱਸਾ ਨੇ, ਬ੍ਰਹਿਮੰਡ ਦੇ ਤੱਤ ਨੇ, ਜਿਹਨਾਂ ਦੇ ਇਹਨਾਂ ਚੱਕਰਾਂ ਦੇ ਜਿਹੜੇ ਅਲੱਗ ਅਲੱਗ ਤੱਤ ਨੇ, ਅਗਨੀ ਹੈ, ਹਵਾ ਹੈ, ਪਾਣੀ ਹੈ, ਮਿੱਟੀ ਹੈ, ਆਕਾਸ਼ ਹੈ, ਧੁਨੀ ਹੈ, ਇਹ ਸਾਰੇ ਬ੍ਰਹਿਮੰਡ ਦੇ ਤੱਤ ਨੇ। ਜੇ ਜਿਹੜੇ ਜਿਹੜੇ ਤੱਤ ਸਾਡੀ ਬਾਡੀ 'ਚ ਕਮੀ ਹੁੰਦੀ ਹੈ, ਉਸ ਨਾਲ ਰਿਲੇਟਡ ਸਾਡੀ ਬਾਡੀ ਦੇ ਵਿੱਚ ਬਿਮਾਰੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਆਕਾਸ਼ ਤੱਤ ਕਮਜ਼ੋਰ ਆ ਅਤੇ ਚਿੰਤਾ ਰੋਗ ਵੱਧ ਜਾਂਦੇ ਹਨ। ਜੇਕਰ ਪ੍ਰਿਥਵੀ ਤੱਤ ਕਮਜ਼ੋਰ ਆ ਤਾਂ ਅਸੀਂ ਕੋਈ ਫੈਸਲਾ ਨਹੀਂ ਕਰ ਪਾਉਂਦੇਗੇ। ਜੇ ਸਾਡਾ ਪਾਣੀ ਦਾ ਜਲ ਤੱਤ ਕਮਜ਼ੋਰ ਆ ਤਾਂ ਸਾਡੇ ਅੰਦਰ ਗਰਮੀ ਦੀ ਜਿਹੜੀ ਹੈਗੀ ਆ ਬਿਮਾਰੀਆਂ ਵੱਧ ਜਾਂਦੀ, ਗਰਮੀ ਦੇ ਨਾਲ ਸੰਬੰਧਿਤ ਸਾਨੂੰ ਵਾਸ਼ਰੂਮ ਦੇ ਨਾਲ ਸੰਬੰਧਿਤ ਬਿਮਾਰੀਆਂ ਹੋ ਜਾਂਦੀਆਂ, ਸਾਨੂੰ ਪੇਟ ਦੇ ਨਾਲ ਸੰਬੰਧਿਤ ਬਿਮਾਰੀਆਂ ਹੋ ਜਾਂਦੀਆਂ। ਜਿਹਦਾ ਅਗਨੀ ਤੱਤ ਕਮਜ਼ੋਰ ਆ ਉਹਨੂੰ ਪਾਚਨ ਦੇ ਨਾਲ ਸੰਬੰਧਿਤ ਬਿਮਾਰੀਆਂ ਹੋ ਜਾਂਦੀਆਂ, ਪਾਚਨ ਦੇ ਨਾਲ ਸੰਬੰਧਿਤ ਜੋ ਵੀ ਬਿਮਾਰੀਆਂ ਹੋਣਗੀਆਂ ਉਹਦੇ 'ਚ ਹਿਰਦੇ ਦਾ ਰੋਗ ਵੀ ਆਏਗਾ, ਪੇਟ ਦੀਆਂ ਅਲਸਰ ਵੀ ਆਏਗਾ, ਆ ਪਾਚਨ ਕਿਰਿਆ ਵਿੱਚ ਸਮੱਸਿਆ ਆਏਗੀ।
ਇਹ ਸਾਡੇ ਜਦੋਂ ਕੁੰਡਲੀਨੀ ਚੱਕਰ ਡੀਐਕਟੀਵੇਟ ਹੁੰਦੇ ਹਨ ਉਦੋਂ ਇਸ ਤਰ੍ਹਾਂ ਹੁੰਦਾ। ਜਦੋਂ ਜਿਉਂ ਹੀ ਤੁਹਾਡੇ ਕੁੰਡਲੀਨੀ ਚੱਕਰ ਐਕਟਿਵ ਹੋਏ ਤੁਹਾਡੀ ਚੇਤਨਾ 'ਚ ਇੱਕੋਦਮ ਬਦਲਾਅ ਹੋ ਜਾਏਗਾ, ਤੁਹਾਡੇ ਚਿਹਰੇ 'ਤੇ ਨੂਰ ਆਉਣਾ ਸ਼ੁਰੂ ਹੋ ਜਾਊਗਾ, ਕੋਈ ਤੁਹਾਨੂੰ ਅਲੱਗ ਤਰ੍ਹਾਂ ਦੀ ਜ਼ਿੰਦਗੀ ਪ੍ਰਾਪਤ ਹੋ ਜਾਏਗੀ। ਤੁਹਾਨੂੰ ਖੁਦ ਨੂੰ ਨਹੀਂ ਪਤਾ ਲੱਗੇਗਾ ਕਦੋਂ ਤੁਹਾਡੀ ਬਿਮਾਰੀਆਂ ਖਤਮ ਹੋ ਗਈਆਂ, ਤੁਹਾਨੂੰ ਖੁਦ ਨੂੰ ਨਹੀਂ ਪਤਾ ਲੱਗਿਆ ਕਦੋਂ ਮਾੜੇ ਲੋਕ ਤੁਹਾਡੇ ਤੋਂ ਪਾਸੇ ਹੋ ਗਏ, ਤੁਹਾਨੂੰ ਖੁਦ ਨੂੰ ਨਹੀਂ ਪਤਾ ਲੱਗੂਗਾ ਜਿਹੜਾ ਕੰਮ ਕਰਨ ਤੋਂ ਤੁਸੀਂ ਕਈ ਸਾਲ ਦੀ ਕੋਸ਼ਿਸ਼ ਕਰ ਰਹੇ ਸੀ ਕੰਮ ਕਰਨ ਦੇ ਲਈ, ਉਹ ਕੰਮ ਤੁਹਾਡਾ ਹੋ ਜਾਏਗਾ। ਤੁਹਾਡੀ ਚੇਤਨਾ ਵਿੱਚ ਇੱਕ ਪੋਜ਼ਿਟਿਵ ਐਨਰਜੀ ਫਲੋ ਕਰਨੀ ਸ਼ੁਰੂ ਹੋ ਜਾਏਗੀ। ਇਹ ਜੇ ਕੁੰਡਲੂਨੀ ਸ਼ਕਤੀ ਆ ਜਾਂ ਇਹਦੇ ਜੋ ਚੱਕਰ ਹਨ, ਇਹਨੂੰ ਤੁਸੀਂ ਕਲਪਨਾ ਨਾ ਸਮਝਣਾ, ਇਹ ਸਾਡੀ ਬੋਡੀ 'ਚ ਅਲੱਗ ਅਲੱਗ ਗ੍ਰੰਥੀਆਂ, ਵਿਗਿਆਨ ਕਹਿੰਦਾ ਸਾਡੀ ਬੋਡੀ 'ਚ ਗ੍ਰੰਥੀਆਂ ਹਾਂ ਜੋ ਸਾਡੇ ਢਾਂਚੇ ਨੂੰ ਸਵਾਰਦੀਆਂ, ਸਾਨੂੰ ਨੈਗੇਟਿਵ ਪੋਜ਼ਿਟਿਵ ਬਣਾਉਂਦੀਆਂ, ਸਾਡੇ ਅੰਦਰ ਅਣਹੋਣੇ ਜੋ ਸਾਨੂੰ ਉਦਾਸ ਕਰਦੇ, ਜੋ ਸਾਨੂੰ ਖੁਸ਼ ਕਰਦੇ ਆ। ਜਿਹੜੀ ਕੰਡਲੂਨੀ ਹੈਗੀ ਆ ਇਹ ਉਹਨਾਂ ਹੀ ਅਣੂਆਂ ਨੂੰ, ਉਹਨਾਂ ਹੀ ਗ੍ਰੰਥੀਆਂ ਨੂੰ ਐਕਟਿਵ ਕਰਦੀ ਆ। ਇਹ ਈੜਾ ਪਿੰਗਲਾ ਨਾੜੀ ਆ, ਸਾਡਾ ਵਿਗਿਆਨ ਕਹਿੰਦਾ ਹੈਗਾ ਵੀ ਖੱਬੇ ਪਾਸੇ ਜੋ ਹੈਗੀ ਆ ਉਹ ਠੰਡਾ ਹੁੰਦਾ, ਸੱਜਾ ਪਾਸਾ ਗਰਮ ਹੁੰਦਾ। ਸੁਖਿਆ ਨਾਲੀ ਜਿਹੜੀ ਹੈਗੀ ਆ ਉਹਦੇ ਵਿੱਚ ਬਿਜਲੀ ਪ੍ਰਵਾਹਿਤ ਹੁੰਦੀ ਆ। ਸਾਡੇ ਧਰਮ ਗ੍ਰੰਥ ਕਈ ਹਜ਼ਾਰਾਂ ਸਾਲਾਂ ਤੋਂ ਇਹ ਗੱਲ ਕਰਦੇ ਪਏ ਨੇ। ਸੋ ਦੋਸਤੋ, ਜੇਕਰ ਤੁਸੀਂ ਕੁੰਡਲੀਨੀ ਅਭਿਆਸ ਜਾਂ ਮੈਡੀਟੇਸ਼ਨ ਨਹੀਂ ਸ਼ੁਰੂ ਕੀਤਾ, ਸ਼ੁਰੂ ਕਰ ਦਿਓ। ਤੁਸੀਂ ਦੇਖਣਾ ਤੁਹਾਡੀਆਂ ਬਿਮਾਰੀਆਂ ਦਿਨਾਂ 'ਚ ਉੱਡ ਜਾਣਗੀਆਂ, ਚਿੰਤਾ ਰੋਗ ਦਿਨਾਂ 'ਚ ਉੱਡ ਜਾਵੇਗਾ, ਘਰ ਦੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ। ਤੁਹਾਨੂੰ ਖੁਦ ਨੂੰ ਨਹੀਂ ਪਤਾ ਲੱਗੇ ਕਦੋਂ ਤੁਸੀਂ ਠੀਕ ਹੋ ਗਏ। ਇਸ ਤਰ੍ਹਾਂ ਦੇ ਬਦਲਾਅ ਤੁਹਾਡੀ ਜ਼ਿੰਦਗੀ 'ਚ ਆਉਣਗੇ। ਸੋ ਆਪਣੇ ਆਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਿਆ ਕਰੋ। ਹਰ ਰੋਜ਼ ਘੱਟੋ ਘੱਟ 5 ਮਿੰਟ ਆਪਣੇ ਆਪ ਨੂੰ ਦਿਓ, ਬਹੁਤਾ ਨਹੀਂ ਕਹਿੰਦਾ। ਸ਼ਾਮ ਨੂੰ ਸੌਣ ਲੱਗਿਆ ਬਿਸਤਰ 'ਤੇ ਜਾਣ ਤੋਂ ਪਹਿਲਾਂ 5 ਮਿੰਟ ਆਪਣੇ ਲਈ ਕੱਢੋ, ਆਪਣੇ ਆਪ ਦੇ ਉੱਤੇ ਧਿਆਨ ਦਿਓ। ਫਿਰ ਤੁਸੀਂ ਦੇਖਣਾ ਜੇ ਤੁਹਾਡੀ ਜ਼ਿੰਦਗੀ ਨਾ ਬਦਲੇ ਤਾਂ। ਜੇਕਰ ਤੁਸੀਂ ਕਿਸੇ ਇਹਦੇ ਨਾਲ ਸੰਬੰਧਿਤ ਕਿਸੇ ਅਭਿਆਸ ਦੀ ਜ਼ਰੂਰਤ ਹੈ, ਕਿਸੇ ਜਾਣਕਾਰੀ ਦੀ ਜ਼ਰੂਰਤ ਹੈ, ਤਾਂ ਤੁਸੀਂ ਸਾਡੇ ਤੋਂ ਉਹ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਅਸੀਂ ਤੁਹਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਦੇਣ ਲਈ ਤਿਆਰ ਹਾਂ। ਸੋ ਆਪਣੇ ਆਪ ਨੂੰ ਜਾਗ੍ਰਿਤ ਅਵਸਥਾ ਵਿੱਚ ਲੈ ਕੇ ਆਓ। ਜਦੋਂ ਤੁਹਾਡੇ ਕੁੰਡਲੀਨੀ ਚੱਕਰ ਐਕਟਿਵ ਹੋ ਜਾਣਗੇ, ਤੁਸੀਂ ਮੈਂਟਲੀ ਤੌਰ 'ਤੇ ਇੰਨੇ ਕੁ ਜ਼ਿਆਦਾ ਸਿਕਿਓਰ ਅਤੇ ਪ੍ਰਪੇਅਰ ਹੋ ਜਾਵੋਗੇ ਕਿ ਤੁਹਾਡੇ ਕੋਲ ਹਰ ਸਵਾਲ ਦਾ ਜਵਾਬ ਹੋਵੇਗਾ। ਤੁਹਾਡੀ ਚੇਤਨਾ ਵਿੱਚ ਗਿਆਨ ਦੀ ਕਿਰਨ ਜਾਗਣੀ ਸ਼ੁਰੂ ਹੋ ਜੂਗੀ, ਤੁਸੀਂ ਗਿਆਨ ਦੇ ਵੱਲ ਜ਼ਿਆਦਾ ਵਧੋਗੇ, ਕੁਝ ਨਵਾਂ ਸਿੱਖਣ ਦੀ ਤੁਹਾਡੇ ਅੰਦਰ ਚੇਤਨਾ ਦੇ ਵਿੱਚ ਜਾਗ੍ਰਿਤੀ ਆਵੇਗੀ। ਕਹਿੰਦੀਆਂ ਕਹਾਉਂਦੀਆਂ ਬਿਮਾਰੀਆਂ ਠੀਕ ਹੋ ਜਾਣਗੀਆਂ, ਜਿਨ੍ਹਾਂ ਬਾਰੇ ਤੁਸੀਂ ਕਦੇ ਸੋਚਿਆ ਤੱਕ ਨਹੀਂ, ਠੀਕ ਵੀ ਹੋ ਜਾਣਗੀਆਂ। ਇਹ ਹਿਰਦੇ ਰੋਗ, ਕੈਂਸਰ ਵਰਗੇ ਰੋਗ ਮੈਡੀਟੇਸ਼ਨ ਦੇ ਨਾਲ ਸਹੀ ਹੋਏ ਹਨ। ਆਪਦੇ ਆਪ ਨੂੰ ਪੋਜ਼ਿਟਿਵ ਕਰਨ ਦੀ ਕੋਸ਼ਿਸ਼ ਕਰੋ, ਧਿਆਨ ਕਰਿਆ ਕਰੋ, ਐਵੇਂ ਇੱਧਰ ਉੱਧਰ ਟੱਕਰਾ ਨਾ ਮਾਰਿਆ ਕਰੋ। ਕੋਸ਼ਿਸ਼ ਇਹ ਕਰਿਆ ਕਰੋ ਕਿ ਤੁਸੀਂ ਆਪਣੇ ਜੀਵਨ ਨੂੰ ਸਵਾਰਨਾ, ਤੁਸੀਂ ਆਪਣੇ ਆਪ ਨੂੰ ਜਾਗ੍ਰਿਤ ਅਵਸਥਾ 'ਚ ਲੈ ਕੇ ਆਉਣਾ, ਤੁਸੀਂ ਦਵਾਈਆਂ ਦਾ ਖਹਿੜਾ ਛੱਡਣਾ, ਤੁਸੀਂ ਚਿੰਤਾਵਾਂ ਤੋਂ ਮੁਕਤੀ ਪਾਉਣੀ ਆ। ਜਦੋਂ ਤੁਸੀਂ ਮੈਡੀਟੇਸ਼ਨ ਕਰੋਗੇ, ਧਿਆਨ ਕਰੋਗੇ, ਤੁਹਾਡੇ ਸਾਰੇ ਦੁੱਖ ਖਤਮ ਹੋ ਜਾਣਗੇ। ਸੋ ਆਪਣੇ ਆਪ ਨੂੰ ਖੁਸ਼ ਰੱਖਿਆ ਕਰੋ, ਧਿਆਨ ਕਰਿਆ ਕਰੋ, ਕੁੰਡਲੀਨੀ ਚੱਕਰ ਨੂੰ ਐਕਟਿਵ ਕਰਨ ਦੀ ਕੋਸ਼ਿਸ਼ ਕਰੋ। ਇੱਕ ਤੁਹਾਡੇ ਮੈਂ ਤੁਹਾਡਾ ਕਨਸੈਪਟ ਕਲੀਅਰ ਕਰ ਦੇਵਾਂ, ਕੁੰਡਲੀਨੀ ਚੱਕਰ ਐਕਟਿਵ ਕਰਨਾ ਅਤੇ ਕੁੰਡਲੀਨੀ ਨੂੰ ਐਕਟਿਵ ਕਰਨਾ, ਇਹਨਾਂ ਦੋਨਾਂ 'ਚ ਫਰਕ ਆ। ਸੋ ਇਹ ਉਲਝਣ ਵਿੱਚ ਨਾ ਪੈਣਾ, ਕੁੰਡਲੀਨੀ ਐਕਟਿਵ ਕਰਨ ਅਤੇ ਕੁੰਡਲੀਨੀ ਚੱਕਰ ਐਕਟਿਵ ਕਰਨ ਦੇ ਵਿੱਚ ਫਰਕ ਆ। ਜਿਹੜੇ ਕੁੰਡਲੀਨੀ ਚੱਕਰ ਹੈਗੇ ਆ ਉਹ ਸਾਡੇ ਜੀਵਨ ਜਾਂਚ ਦੇ ਢਾਂਚੇ ਨੂੰ ਸਵਾਰਨ ਦੇ ਲਈ ਅਸੀਂ ਉਹਨਾਂ ਨੂੰ ਸਹੀ ਕਰਦੇ ਹਾਂ, ਉਹਨੂੰ ਪੋਜ਼ਿਟਿਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਮੈਡੀਟੇਸ਼ਨ ਦੇ ਰਹੀ। ਕੁੰਡਲੀਨੀ ਐਕਟਿਵ ਅਸੀਂ ਅਧਿਆਤਮਿਕ ਤੌਰ 'ਤੇ ਆਪਣੇ ਪੱਧਰ ਨੂੰ ਬਹੁਤ ਉੱਚਾ ਚੱਕਣਾ, ਜਦੋਂ ਅਸੀਂ ਬ੍ਰਹਮ ਦੇ ਵਿੱਚ ਪ੍ਰਵੇਸ਼ ਹੋਣਾ ਉਦੋਂ ਕੁੰਡਲੀਨੀ ਐਕਟਿਵ ਹੁੰਦੀ ਆ। ਉਹਦਾ ਪ੍ਰੋਸੈਸ ਆ ਉਹ ਈਜ਼ੀ ਨਹੀਂ,
ਉਹਦੇ ਲਈ ਅਭਿਆਸ ਦੀ ਜ਼ਰੂਰਤ ਆ, ਬਹੁਤ ਜ਼ਿਆਦਾ ਆਪਣੇ ਆਪ ਦੇ ਵਿੱਚ ਆਪਦੇ ਆਪ ਨੂੰ ਵਾਸਨਾਵਾਂ ਤੋਂ ਮੁਕਤ ਕਰਨ ਦੀ ਜ਼ਰੂਰਤ ਆ। ਸੋ ਦੋਸਤੋ ਇਹ ਭੁਲੇਖੇ 'ਚ ਨਾ ਰਹਿਣਾ, ਕੁੰਡਲੀਨੀ ਚੱਕਰ ਰਿਪੇਅਰ ਕਰਨ ਦੇ ਵਿੱਚ, ਕੁੰਡਲੀਨੀ ਐਕਟਿਵ ਕਰਨ ਦੇ ਵਿੱਚ ਫਰਕ ਹੈ। ਸੋ ਆਪਣੇ ਆਪ ਨੂੰ ਜਾਗਰਿਤ ਕਰੋ, ਧਿਆਨ ਕਰਿਆ ਕਰੋ, ਮੈਡੀਟੇਸ਼ਨ ਕਰਿਆ ਕਰੋ ਅਤੇ ਆਪਣੀ ਬਿਮਾਰੀਆਂ ਨੂੰ, ਆਪਣੀ ਚਿੰਤਾਵਾਂ ਨੂੰ ਦੂਰ ਕਰੋ। ਸੋ ਅੱਜ ਦੇ ਲਈ ਇੰਨਾ ਹੀ, ਧੰਨਵਾਦ। ਮਿਲਦੇ ਹਾਂ ਫਿਰ ਕਿਸੇ ਹੋਰ ਵਿਸ਼ੇ ਦੇ ਨਾਲ, ਕਿਸੇ ਹੋਰ ਵੀਡੀਓ ਦੇ ਵਿੱਚ। ਸਾਡੇ ਨਾਲ ਬਣੇ ਰਹੋ, ਤੁਹਾਡੇ ਅੰਦਰ ਬੈਠੇ ਪਰਮਾਤਮਾ ਨੂੰ ਮੇਰਾ ਪ੍ਰਣਾਮ, ਅਤੇ ਮੈਂ ਤੁਹਾਡੇ ਅੰਦਰ ਬੈਠੇ ਪਰਮਾਤਮਾ ਦਾ ਪ੍ਰਣਾਮ ਕਬੂਲ ਕਰਦਾ ਹਾਂ। ਧੰਨਵਾਦ।